ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਜਗਤਾਰ ਸਿੰਘ ਹੈ ਅਤੇ ਮੈਂ ਜਗਰਾਉਂ ਤੋਂ ਬਿਲੋਂਗ ਕਰਦਾ। ਅੱਜ ਮੇਰਾ ਵੀਜ਼ਾ ਐਜ਼ ਏ ਡੀਜ਼ਲ ਮਕੈਨਿਕ ਆ ਗਿਆ ਹੈ। ਮੈਂ ਆਪਣਾ ਵੀਜ਼ਾ ਐਕਮੀ ਵੀਜ਼ਾ ਸੋਲਿਊਸ਼ਨ ਦੇ ਥਰੂ ਅਪਲਾਈ ਕੀਤਾ ਸੀ ਅਤੇ ਮੈਂ ਸੰਦੀਪ ਸਰ ਅਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਹੋਰ ਸਭ ਨੂੰ ਵੀ ਰੈਕਮੈਂਡ ਕਰਦਾ, ਜਿਸ ਨੇ ਵੀ ਵੀਜ਼ਾ ਅਪਲਾਈ ਕਰਨਾ ਹੋਵੇ ਉਹ ਇੱਕ ਵਾਰ ਜ਼ਰੂਰ ਐਕਮੀ ਵੀਜ਼ਾ ਸੋਲਿਊਸ਼ਨ ਵਿਜ਼ਿਟ ਕਰ। ਥੈਂਕ ਯੂ ਐਕਮੀ। ਵਿੱਚ ਗੁੱਡੀ ਦੇਖੀ ਚਾੜੂਗਾ, ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ, ਹੋਰ ਰੰਬੇ ਪਿੰਡ ਵਾਲੇ ਆਵੇ ਨਹੀਂ ਓ ਰੁਕਦੇ, ਛੱਲਾ ਸਾਗਰ ਦੀ ਕੀਨੇ ਕਾਬੂ ਕਰੀਆਂ। ਬਹੁਤ ਬਹੁਤ ਵਧਾਈਆਂ ਤੁਹਾਡੀ ਦਾ। ਥੈਂਕ ਯੂ। ਚੱਲ ਪਹੁੰਚ ਗਿਆ ਠੀਕ ਠਾਕ? ਹਾਂਜੀ, ਵੈਰੀ ਨਾਈਸ। ਤੇ ਹੋਰ ਕੋਈ ਦਿੱਕਤ ਤਾਂ ਨਹੀਂ ਆਈ? ਨੋ ਸਰ, ਇੱਥੇ ਏਅਰਪੋਰਟ ਤੇ ਸਭ ਠੀਕ ਠਾਕ ਸੀਗਾ? ਬਿਲਕੁਲ ਠੀਕ ਸਰ। ਚਲੋ, ਵਿਸ਼ ਯੂ ਆਲ ਦਾ ਬੈਸਟ, ਕੰਮ ਕਾਰ ਸ਼ੁਰੂ ਕਰੋ ਆਪਣਾ। ਹਾਂਜੀ, ਐਂਡ ਵਿਸ਼ ਯੂ ਆਲ ਦਾ ਬੈਸਟ ਕੈਨੇਡਾ ਚ, ਮੁਬਾਰਕ ਤੁਹਾਨੂੰ ਤੇ ਸਕਸੈਸਫੁਲ ਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਜਗਤਾਰ ਸਿੰਘ ਧਾਲੀਵਾਲ ਹੈ ਅਤੇ ਮੈਂ ਆਪਣਾ ਵਰਕ ਪਰਮਿਟ ਐਕਮੀ ਵੀਜ਼ਾ ਸੋਲਿਊਸ਼ਨ ਦੇ ਥਰੂ ਅਪਲਾਈ ਕੀਤਾ ਸੀ ਅਤੇ ਅੱਜ ਮੈਂ ਕੈਨੇਡਾ ਪਹੁੰਚ ਚੁੱਕਿਆ ਹਾਂ। ਮੇਰੇ ਸਾਰੀ ਪ੍ਰੋਸੈਸਿੰਗ ਦੇ ਵਿੱਚ ਬਹੁਤ ਸਾਰੀਆਂ ਡਿਫੀਕਲਟੀਜ਼ ਆਈਆਂ ਸੀ, ਜੋ ਕਿ ਮੈਨੂੰ PFL ਆ ਚੁੱਕੀ ਸੀ, ਤਾਂ ਮੈਨੂੰ ਸੰਦੀਪ ਸਰ ਨੇ ਬਹੁਤ ਸਾਰਾ ਹੌਂਸਲਾ ਦਿੱਤਾ ਕਿ ਕੋਈ ਚੱਕਰ ਨਹੀਂ, ਤੁਹਾਡਾ ਵਰਕ ਵੀਜ਼ਾ ਅਸੀਂ ਲਗਵਾ ਕੇ ਦੇਵਾਂਗੇ। ਉਹਨਾਂ ਨੇ ਮੈਨੂੰ ਇਹੀ ਕੁਐਸਚਨਸ ਕੀਤੇ ਸੀ ਕਿ ਤੁਹਾਡਾ ਜੋ ਵਰਕ ਐਕਸਪੀਰੀਅੰਸ ਆ ਜੋ ਉਹ ਜੈਨੂਅਨ ਨਹੀਂ ਹੈ, ਜੋ ਕਿ ਮੈਂ ਪੂਰੇ ਡਾਕੂਮੈਂਟਸ ਉਹਨਾਂ ਨੂੰ ਦਿੱਤੇ ਜੋ ਬਿਲਕੁਲ ਜੈਨੂਅਨ ਸੀ। ਇਸ ਕਰਕੇ ਸੰਦੀਪ ਸਰ ਅਤੇ ਉਹਨਾਂ ਦੀ ਪੂਰੀ ਟੀਮ ਨੇ ਬਹੁਤ ਸਾਰਾ ਮਿਹਨਤ ਕੀਤੀ ਮੇਰੇ ਕੇਸ 'ਤੇ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਕੈਨੇਡਾ ਪਹੁੰਚ ਚੁੱਕਿਆ ਹਾਂ। ਇਸ ਲਈ ਮੈਂ ਸੰਦੀਪ ਸਰ ਅਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ।